ਤੁਸੀਂ ਵੇਖਦੇ ਪਏ ਹੋ ਜਨਾਬ ਪੰਜਾਬ ਬਾਇਓਗੈਸ ਪ੍ਰੋਗਰਾਮ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਨਦੀਮ ਖਰਲ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਕਰੋ ਪ੍ਰੈਸ ਕੇ ਲੇਟੈਸਟ ਵੀਡੀਓ ਹਮੇਸ਼ਾ ਤੁਹਾਨੂੰ ਮਿਲਦੀ ਰਹੇ। ਅੱਜ ਜਿਹੜਾ ਤੁਹਾਨੂੰ ਪਲਾਂਟ ਦਿਖਾਉਣ ਜਾ ਰਿਹਾ ਤੁਹਾਡਾ ਵੀਰ ਨਦੀਮ ਖਰਲ, ਇਹ ਇੱਕ ਕਾਮਯਾਬੀ ਦੀ ਇੱਕ ਹੋਰ ਸੀੜੀ ਆ। ਅੱਲਾ ਦੇ ਖਾਸ ਫਜ਼ਲ ਕਰਮ ਤੇ ਸ਼ੁਕਰ ਦੇ ਨਾਲ ਜਨਾਬ ਅਸੀਂ ਜਿਹੜਾ ਇਹ ਵੀਡੀਓ ਅਸੀਂ ਸ਼ੂਟ ਕਰਨ ਲੱਗੇ ਹਾਂ। ਇਹ 100 ਮਕਾ ਮੀਟਰ ਦਾ ਇਹ ਪਲਾਂਟ ਹੈ, ਠੀਕ ਹੈ ਜੀ, 100 ਮਕਾ ਮੀਟਰ ਦਾ ਪਲਾਂਟ ਹੈ। ਔਰ ਜਨਾਬ ਇਹ ਤਕਰੀਬਨ 2014 'ਚ ਇਹ ਸਾਡੇ ਮੈਨੇਜਰ ਸਾਹਿਬ ਤਈਏ ਭਾਈ ਨੇ ਲਗਾਇਆ ਸੀ ਔਰ ਇਹ ਸਾਡੇ ਚੈਨਲ 'ਤੇ ਔਰ ਸਾਡੇ ਫੀਲਡ ਵਰਕ ਦੇ ਵਿੱਚ ਸਭ ਤੋਂ ਬੜਾ ਪਲਾਂਟ ਇਹ 100 ਮਕਾ ਮੀਟਰ ਦਾ ਪਲਾਂਟ ਹੈ ਔਰ ਬਹੁਤ ਹੀ ਅੱਛਾ ਔਰ ਇਹ ਬਹੁਤ ਬੜਾ ਨਾਮ ਹੈ ਜਿਨ੍ਹਾਂ ਦੇ ਘਰ ਇਹ ਪਲਾਂਟ ਲੱਗਿਆ ਹੋਇਆ। ਜਨਾਬ ਚੌਧਰੀ ਮੁਹੰਮਦ ਨਾਈਮ ਇਬਰਾਹੀਮ ਔਰ ਜਨਾਬ ਸਾਡੇ ਮਕਾਮੀ MPA ਨੇ, ਇੱਥੇ ਤਹਿਸੀਲ ਆਰਿਫ ਵਾਲਾ ਜ਼ਿਲ੍ਹਾ ਪਾਕਪਤਨ ਦੇ ਮਕਾਮੀ MPA ਚੌਧਰੀ ਨਾਈਮ ਇਬਰਾਹੀਮ ਦਾ ਨਾਮ ਕਿਸੇ ਤੋਂ ਡੱਕਿਆ ਛੁਪਿਆ ਨਹੀਂ ਹੈ। ਸਾਡੀ ਜਿਹੜੀ ਲੋਕੇਸ਼ਨ ਆ ਇਹ ਜਨਾਬ ਚੱਕ ਨੰਬਰ 49B ਸਹੀਵਾਲ 149A ਜਨਾਬ ਸਹੀਵਾਲ ਰੋਡ 'ਤੇ ਇਹ ਜਨਾਬ ਚੌਧਰੀ ਮੁਹੰਮਦ ਨਾਈਮ ਇਬਰਾਹੀਮ, ਇਹ ਉਹਨਾਂ ਦਾ ਇਹ ਜਨਾਬ ਪਾਕਿਸਤਾਨ ਤਹਿਰੀਕੇ ਇਨਸਾਫ ਦੇ ਮੌਜੂਦਾ MPA ਵੀ ਨੇ ਔਰ ਇਹ ਜਿਹੜੀ ਵੀਡੀਓ ਆ ਇਹ ਜਨਾਬ ਤੁਹਾਨੂੰ ਮਿਲਦੀ ਪਈ ਆ 2020 ਦੇ ਵਿੱਚ। ਇਹ ਜਨਾਬ ਇਹ ਸਾਡੇ ਮੌਜੂਦਾ MPA ਨੇ, ਤੁਸੀਂ ਸਰਚ ਵੀ ਕਰ ਸਕਦੇ ਜੇ ਪਾਕਪਤਨ ਦੇ MPA ਚੌਧਰੀ ਮੁਹੰਮਦ ਨਈਮ ਇਬਰਾਹਿਮ ਦੇ ਜਨਾਬ ਘਰ ਵਿੱਚ ਇਹ ਪਲਾਂਟ ਹੈ, ਉਹਨਾਂ ਦੇ ਪਲਾਂਟ ਲੱਗਿਆ, ਮਰੱਬੇ ਲੱਗਿਆ, ਲੇਕਿਨ ਇੱਥੋਂ ਗੈਸ ਉਹਨਾਂ ਦੇ ਘਰ ਤੱਕ ਪਹੁੰਚੀ ਔਰ ਬਿਹਤਰੀਨ ਚੱਲ ਰਹੀ ਹੈ। ਕੈਮਰਾਮੈਨ ਸਾਹਿਬ ਤੁਹਾਨੂੰ ਪੂਰੇ ਡਿਟੇਲ ਦੇਣਗੇ, ਪੂਰੀ ਜਾਣਕਾਰੀ ਦੇਣਗੇ, ਉਸ ਤੋਂ ਬਾਅਦ ਭਾਈ ਨਾਲ ਗੱਲਾਂ ਕਰਾਂਗੇ, ਸਾਰੇ ਸਾਫ ਸਾਫ ਇਨਪੁੱਟ ਵਿਖਾਵਾਂਗੇ ਤੁਹਾਨੂੰ ਪਹਿਲੇ, ਉਸ ਤੋਂ ਬਾਅਦ ਆਊਟਪੁੱਟ ਦਿਖਾਵਾਂਗੇ ਇਸ ਬਾਇਓਗੈਸ ਪਲਾਂਟ ਦਾ ਇਨਪੁੱਟ ਔਰ ਫਿਰ ਆਊਟਪੁੱਟ ਅਤੇ ਉਸ ਤੋਂ ਬਾਅਦ ਭਾਈ ਹੋਰਾਂ ਨਾਲ ਗੱਲਾਂ ਕਰਾਂਗੇ ਕਿੰਨੇ ਕੁ ਫਾਈਨ ਇਹਨਾਂ ਦਾ ਇਹ ਮਾਮਲਾ ਰਿਹਾ। ਇਹ ਜਨਾਬ ਤੁਹਾਨੂੰ ਇਨਪੁੱਟ ਉਹੀ ਪੁਰਾਣਾ ਇਹੀ ਹੌਦੀ ਆ ਔਰ ਇਹ ਸਾਰਾ ਕੁਛ ਮੇਰੇ ਕੈਮਰੇ ਦੀ ਨਜ਼ਰ ਹੈ, ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਨਾਲ ਦਿਖਾ ਰਿਹਾ ਔਰ ਇਨਸ਼ਾ ਤੁਸੀਂ ਫਾਈਨਲੀ ਤੌਰ 'ਤੇ ਇਨਸ਼ਾਲਾ ਵੇਖੋਗੇ ਵੀ ਯਾਦ ਵੀ ਕਰੋਗੇ। ਇਹ ਸਾਰੀ ਫਸਲਾਂ, ਇਹ ਜ਼ਮੀਨ ਸਾਰੀ, ਇਹ ਬਹੁਤ ਬੜੇ ਜ਼ਿੰਮੀਦਾਰ ਵੀ ਨੇ ਔਰ ਬਹੁਤ ਬੜੀ ਐਗਰੀਕਲਚਰ ਅਤੇ ਰਿਸਰਚ ਜਿਹੜੇ ਬੰਦੇ ਨੇ ਉਹ ਵੀ ਕਰਦੇ ਨੇ। ਇਹ ਇਹਦਾ ਜਨਾਬ ਪੂਰਾ ਇਹਦੇ ਮੇਨ ਹੋਲ ਹੈ, ਇਹ ਬੇਲੀ ਵੀ ਬੈਠੇ ਨੇ ਪੜ੍ਹਾਈ ਕਰ, ਬੈਠੇ ਰਹੋ, ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, ਇਹ ਇੱਥੇ ਬਹਿ ਕੇ ਪੜ੍ਹਾਈ ਕਰਦੇ। ਇਹ ਡਾਈਜੈਸਟਰ ਥੱਲੇ ਹੈ, ਇੰਨਾ ਬੜਾ ਡਾਈਜੈਸਟਰ ਹੈ, ਇਹ ਇਸ ਤੁਹਾਨੂੰ ਦਿਖਾ ਰਿਹਾ ਮੇਰਾ ਕੈਮਰਾਮੈਨ, ਪੂਰੇ ਜ਼ਾਵੀਏ ਦੇ ਵਿੱਚ ਡਾਈਜੈਸਟਰ ਹੈ। ਇਹ 100 ਮੁਕਾ ਮੀਟਰ ਦਾ ਪਲਾਂਟ ਹੈ, ਇਸ ਕਾਰਨ ਇਹ ਬਹੁਤ ਬੜਾ ਪਲਾਂਟ ਔਰ ਬਿਹਤਰੀਨ। ਇੱਥੇ ਜਾਣਕਾਰੀ ਪੰਜਾਬ ਹੋਇਆ ਗਿਆ ਸੀ, ਹਕੂਮਤ ਪੰਜਾਬ ਦੇ ਨਾਲ ਅਸੀਂ ਟੱਚ ਕਰਕੇ, ਪਾਕਿਸਤਾਨ ਨਾਲ ਟੱਚ ਕਰਕੇ, PTI ਹਕੂਮਤ ਨਾਲ ਟੱਚ ਕਰਕੇ ਇਸ ਚੀਜ਼ ਨੂੰ ਜਿਹੜਾ ਸਾਫ਼ ਔਰ ਸ਼ਫਾਫ ਪਾਕਿਸਤਾਨ ਹੈ ਉਹਦਾ ਇੱਕ ਇਹ ਸਿਲਸਿਲਾ ਹੈ ਔਰ ਅਸੀਂ ਤੁਹਾਨੂੰ ਦਿਖਾਉਂਦੇ ਪਏ ਹਾਂ ਪੰਜਾਬ ਬਾਇਓਗੈਸ ਦਾ ਇਹ ਸਿਲਸਿਲਾ। ਇਹ ਜਨਾਬ ਡਾਈਜੈਸਟਰ ਤੁਸੀਂ ਦੇਖਿਆ, ਇਹਦੇ ਉੱਤੇ ਜਿਹੜਾ ਇਹਦਾ ਲੱਗਿਆ ਹੋਇਆ ਜ਼ਾਵੀਆ, ਇਹ ਜਿਹੜਾ ਮੇਨ ਪਿੰਡ ਰੱਖਦਾ ਇਹਨੂੰ ਗੈਸ ਨੂੰ, ਇਹ ਸਾਰਾ ਕੁਛ ਮੇਨ ਪੁਆਇੰਟ ਇਹ ਹੈਗਾ। ਉਸ ਤੋਂ ਬਾਅਦ ਜਨਾਬ ਇਹਦੇ ਵਿੱਚ ਲਗਾ ਕੇ ਇਹਦੀ ਐਵਰੇਜ ਨੂੰ, ਜਿਹੜਾ ਗੈਸ ਦੀ ਐਵਰੇਜ ਹੈ ਉਹਨੂੰ ਕੂਲ ਰੱਖਣ ਵਾਸਤੇ, ਉਸ ਤੋਂ ਬਾਅਦ ਜਨਾਬ ਇਹ ਇਹਦਾ ਮੇਨ ਹੋਲ ਜਿਹਦੇ 'ਚੋਂ ਆਊਟਪੁੱਟ ਹੈ, ਜਿਹਦੇ 'ਚੋਂ ਗੈਸ ਬਾਹਰ ਨਿਕਲਦੀ ਪਈ ਹੈ, ਉਸ ਤੋਂ ਬਾਅਦ ਇੱਕ ਵੱਡੀ ਹੌਦੀ ਵਿੱਚ ਹੋਰ ਟ੍ਰਾਂਸਫਰ ਹੁੰਦੀ ਹੈ, ਉਸ ਤੋਂ ਬਾਅਦ ਫਿਰ ਬਾਹਰ ਇਹ ਸੈਲਰੀ ਨਿਕਲਦੀ ਹੈ ਔਰ ਇਹ ਜਨਾਬ ਸਾਰਾ ਕੁਛ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਹੋਏਗਾ, ਇਨਸ਼ਾਅੱਲਾ ਤੁਹਾਨੂੰ ਪਸੰਦ ਵੀ ਆਏਗਾ ਔਰ ਇਹ ਤੁਸੀਂ ਦੇਖਦੇ ਪਏ ਹੋ ਕਿ ਪਾਕਿਸਤਾਨ ਦੇ ਵਿੱਚ ਇਨਸ਼ਾਅੱਲਾ ਅਸੀਂ ਇੱਕ ਬਿਹਤਰੀਨ ਔਰ ਅਲੱਗ ਕੁਆਲਿਟੀ ਦਾ ਕੰਮ ਕਰਨਾ ਹੈ ਜਿਹਦੇ ਵਿੱਚ ਇਹ ਪਤਾ ਲੱਗਿਆ ਕਿ ਅਸੀਂ ਜਨਾਬ ਪਾਕਿਸਤਾਨ ਲੈਵਲ ਤੱਕ ਨਹੀਂ, ਇੰਡੀਆ ਦੇ ਵਿੱਚੋਂ ਕਾਫੀ ਬਾਇਓਗੈਸ ਦੇ ਪਲਾਂਟ ਲੋਕ ਕਰਦੇ ਪਏ ਨੇ। ਇਹ ਸੈਲਰੀ ਟ੍ਰਾਂਸਫਰ ਹੋ ਰਹੀ ਹੈ ਅੱਗੇ ਇਸ ਹੋਲ ਦੇ ਵਿੱਚ, ਇੱਥੋਂ ਅੱਗੇ ਕੈਮਰਾਮੈਨ ਦਿਖਾ ਰਿਹਾ ਤੁਹਾਨੂੰ ਸਾਰਾ ਇਹ ਸੈਲਰੀ ਪੁਆਇੰਟ ਅੱਗੇ ਨਿਕਲਦਾ, ਸਾਰਾ ਇਸ ਪੁਆਇੰਟ ਤੋਂ ਅੱਗੇ ਨਿਕਲ ਕੇ ਇਹ ਸਾਰਾ ਮੇਨ ਤੱਕ ਜਾਂਦਾ ਔਰ ਇੱਥੋਂ ਸੈਲਰੀ ਨੂੰ ਚੱਕ ਕੇ ਫਸਲਾਂ ਦੇ ਵਿੱਚ ਇਸਤੇਮਾਲ ਕਰਦੇ ਨੇ ਔਰ ਇਹ ਬਿਹਤਰੀਨ ਇੱਕ ਮਾਮਲਾ ਹੈ। ਔਰ ਜਨਾਬ ਜਿੱਥੇ DAP ਦੀਆਂ ਯੂਰੀਆ ਦੀ ਕਾਫੀ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ, ਬੋਰੀਆਂ ਇਸਤੇਮਾਲ ਹੁੰਦੀਆਂ ਨੇ, ਉਹਦੇ ਵਿੱਚ ਇਹਦਾ ਕੁਆਂਟਿਟੀ ਜਿਹੜੀ ਹੈ ਖਾਦ ਦੀ ਉਹ ਕਮ ਹੋ ਜਾਂਦੀ ਹੈ। ਅਤੇ ਪਹਿਲਾਂ ਤੁਸੀਂ ਦੇਖਦੇ ਸੋ ਕਿ DAP ਜੇ 2 ਪੈਂਦੀਆਂ ਨੇ ਉੱਥੇ, ਇਹਦੀ ਸੈਲਰੀ ਪਾਉਣ ਨਾਲ ਜਿਹੜੀ ਹੈ ਉਹ 1 DAP ਜਿਹੜੀ ਹੈ ਨਾ ਹੋ ਜਾਂਦੀ ਹੈ। ਇਹ ਸਾਰੀ ਬਾਇਓਗੈਸ ਸੈਲਰੀ ਪਈ ਹੈ, ਇੱਥੋਂ ਟਰੱਕਾਂ ਨਾਲ ਚੱਕ ਕੇ ਇਹ ਪਾ ਕੇ ਟਰਾਲਿਆਂ ਵਿੱਚ ਫਸਲਾਂ ਵਿੱਚ ਲੈ ਜਾਂਦੇ ਨੇ ਇਹ ਸਾਰਾ ਨਿਜ਼ਾਮ, ਕਿਉਂਕਿ ਕਾਫੀ ਜ਼ਿਆਦਾ ਸੈਲਰੀ ਹੁੰਦੀ ਹੈ ਇਹਦੀ ਔਰ ਗੋਬਰ ਕਾਫੀ ਜ਼ਿਆਦਾ ਕੱਢਦਾ ਹੈ, ਉਹਦੀ ਵਜ੍ਹਾ ਤੋਂ ਜਿਹੜਾ ਨਾ ਇਹਨਾਂ ਦਾ ਕੰਮ ਵੀ ਨਿਜ਼ਾਮ ਵੀ ਲੰਮਾ ਚੌੜਾ ਕੀਤਾ ਹੋਇਆ ਹੈ। ਮਜ਼ੀਦ ਅਸੀਂ ਜਨਾਬ ਜਿਹੜੀ ਜਾਣਕਾਰੀ ਹੈ ਉਹ ਭਾਈ ਹੋਰਾਂ ਤੋਂ ਲਵਾਂਗੇ, ਜਿਹੜੇ ਚੌਥ ਸਾਹਿਬ ਤੋਂ ਤੁਹਾਨੂੰ ਪਤਾ ਨਹੀਂ ਮਿਲ ਸਕਦੇ, ਉਹਨਾਂ ਦੇ ਇੱਕ ਦੋਸਤ ਨੇ, ਭਾਈ ਨੇ ਜਾਂ ਜੋ ਵੀ ਹਿਸਾਬ ਕਿਤਾਬ ਹੈ ਇਹ ਕੋਲ ਖੜੇ ਨੇ, ਆਪਾਂ ਉਹਨਾਂ ਨੂੰ ਪੁੱਛ ਲੈਂਦੇ ਹਾਂ। ਚੌਧਰੀ ਮੁਹੰਮਦ ਨਈਮ ਇਬਰਾਹਿਮ ਛੋਟੇ ਭਾਈ, ਚੌਧਰੀ ਅਮਰ ਇਬਰਾਹਿਮ ਉਹ ਵੀ ਕੋਈ ਨਹੀਂ ਹੈਗੇ, ਨਹੀਂ ਤਾਂ ਅਸੀਂ ਉਹਨਾਂ ਨੂੰ ਮਿਲਦੇ ਹਾਂ ਜ਼ਰਾ ਬਾਹਰ। ਜ਼ਾਹਿਰ MPS ਦੇ ਕਾਫੀ ਲੰਮੇ ਚੌੜੇ ਖਿਲਾਰ ਹੁੰਦੇ ਨੇ, ਸਾਡੇ ਵਾਸਤੇ ਤਾਂ ਨਹੀਂ ਰੁਕਣਾ ਉਹਨਾਂ ਨੇ ਕਿ ਆ ਜਾਓ ਨਦੀਮ ਭਾਈ ਆਏ ਨੇ, ਜਾਂ ਅਸੀਂ ਕਿਹੜਾ ਟਾਈਮ ਲਿਆ ਸੀ, ਤਾਂ ਛਾਪਾ ਹੀ ਮਾਰਿਆ ਜਿਹੜਾ ਹੱਥ ਆਇਆ ਸਾਹਮਣੇ ਖੜਾ ਕਰ ਲੈਣਾ ਸੀ ਉਹਨੂੰ, ਅਤੇ ਭਾਈ ਹੋਰਾਂ ਨੂੰ ਪੁੱਛ ਲੈਣਾ ਪੂਰੀ ਜਾਣਕਾਰੀ ਉਹਨਾਂ ਨਾਲ। ਅਤੇ ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ, ਕੀ ਹਾਲ ਚਾਲ ਨੇ? ਅੱਲਾ ਦਾ ਸ਼ੁਕਰ। ਭਾਈ ਜਾਨ ਕੀ ਨਾਮ ਹੈ? ਮੁਹੰਮਦ ਅਰਸ਼ਦ। ਮੁਹੰਮਦ ਅਰਸ਼ਦ, ਇਹ ਚੌਰ ਸਾਹਿਬ ਦੇ ਕੀ ਮਾਮਲਾਤ ਨੇ ਤੁਹਾਡੇ ਨਾਲ, ਪੂਰਾ ਡਿਟੇਲ ਦੱਸੋ ਕਿ ਵਾਕਈ ਚੌਰ ਸਾਹਿਬ ਦਾ ਪਲਾਂਟ ਹੈ ਕਿ ਬਸ ਅਸੀਂ ਐਵੇਂ ਬੋਲੀ ਜਾਂਦੇ ਹਾਂ। ਨੇਮ ਸਾਹਿਬ ਦਾ ਪਲਾਂਟ ਹੈ, ਚੌਧਰੀ ਨੇਮ ਸਾਹਿਬ ਦਾ ਪਲਾਂਟ ਹੈ। ਇਹ ਗੈਸ ਘਰ ਤੇ ਡੇਰੇ ਵਾਸਤੇ ਯੂਜ਼ ਹੁੰਦੀ? ਤਿੰਨਾਂ ਘਰਾਂ 'ਚ ਇਸਤੇਮਾਲ ਹੁੰਦੀ। ਤਿੰਨਾਂ ਘਰਾਂ 'ਚ ਇਸਤੇਮਾਲ ਹੋ ਰਹੀ ਹੈ ਇਸ ਗੋਬਰ ਗੈਸ ਦੀ ਜਿਹੜੀ ਗੈਸ ਬਣਦੀ ਆ, ਇਹ ਤਿੰਨਾਂ ਘਰਾਂ 'ਚ ਇਸਤੇਮਾਲ ਹੁੰਦੀ।
تین گھر استعمال کر تو اڈا کی تعلق ہے چوسا ورا بھائیو ماں دا ملازم ملازم سن 1996 96 تو ملازم نے فیملی ممبر ہی نے جی 96 جڑا بندہ ملازم ہے او دیکھ لو کہ انہاں دے نال جڑیا ہے اج تک جڑیا ہے 2020 آ گیا 20 آ گیا کہ کی آ گیا 20 آ گیا تے اے جناب ہن تک نال جڑے ہوئے نے تے اے جناب بھائی ہوری انہاں دے ایک فیملی ممبر ہی نے اچھا کنے ک دن اے ہو گیا 2014 چ لگے اس پلانٹ 2014 چ 2014 کیمرہ مین سا جا کے پٹی وکھاؤ اسی میں تنہا باقی گلاں بھائی صاحب تنہا ہنے کردا میں آ کے کہ جڑا اوپر لکھائی کیتی ہوئی ہے وہ جناب اس تن وکھا دی کہ 2014 چ پلانٹ لگیا سی گلاں نال نہیں کم نال اے لکھیا ہوا بایو گیس اور اے ڈیٹ لکھی ہوئی اوپر اے جٹکا جگاڑ لگایا جی جدوں اے پلانٹ بنایا سی اوپر لیک دتی گئی سی 2014 وچ اے پلانٹ لگیا سی اور اے جناب تسی میرے کیمرے مین نے تو دکھایا بھی ہے یہ اوپر ادھوں جٹکا جگاڑ لگا کے تے لیک دتا گیا سی اینو کہ جناب ایک ساری عمر پکیا ہی رہے اے جناب ٹوٹے بھجے نہ اور سارا معاملہ نہ ہو اچھا بھجن کنے پرسنٹ مطمئن ہو اے بایو گیس پلانٹ لایا کس بندے نے سی بھائی طیب صاحب نے لگایا سی اے بھائی طیب صاحب نے تہاڈے کول ہی کھڑے نے ہاں جی فضل نے آجو بھائی طیب نے لگایا سی اس بندے نو پہچان دیو بہت چنگی طرح انہاں نے پلانٹ لایا سی انہاں نے اچھا اج تک کوئی معاملہ کوئی خرابی کوئی نہیں گیس بالن تو ہٹ کے کوئی مسئلہ نہیں کریو گیس بالی جاندے ہو کتنا خرچہ سی تینا گھراں دا ایک اندازے دے مطابق چھوٹا جا تقریبا 30 تو 35000 روپیہ مہینہ سارے گھراں دا تقریبا سارے گھراں دا پاؤ گا 40000 روپیہ بن جاندا 40000 روپیہ بن جاندا سی تے اسی جنریٹر بھی چلاونے جنریٹر بھی چلاندے جو ادے تے ہاں جی تے نال مطلب جو بھی سر گڈی دا انجن ہاں جی 20 دی ڈلمو 50 امپیئر لوڈ برداشت کردا اے چیز ہاں جی 50 امپیئر لوڈ برداشت کردا ہے جنریٹر گیس تے چلا کے اس تے جنریٹر گیس تے چلا کے ماشاءاللہ اے بھی چلدا جی اوویں اسی نو ڈیزل تے کلا چلائیے تے پونے 4 لیٹر گھنٹہ ہاں جی جی اے تے چلائیے تے پونا لیٹر گھنٹہ پونا لیٹر گھنٹہ بس تے پھر ڈیرا دارے وی پھر ایم پی اے تسی آپ حالات ویکھدے کہ ایم پی ہوے مقامی نہ ہوے تے وکھری گل ہے میرے طرح ایک دو بندے آندے نے تے جو ہوے تے پھر تا تعداد گن لو کہ ایم پی دے کو کنے ساڈے اج کل حالات جڑے چل رہے نے کوئی ڈنگا سوٹے والا کوئی میرے طرح سہن کرن والا کوئی وعدہ گاٹا کوئی چاہ اگے پیچھے یہ معاملے بھی چلتے نے او بھی نظام چلدا پیا کنے پرسنٹ مطمئن جی تقریبا 110 کنے دوستاں نوں مشورہ دیو گے میں تے اک نہ ہر بندے لوانا چاہیے جی دیکھو گویا ہے بالکل لوانا چاہیے بالکل لوانا چاہیے ہاں جی 40000 روپیہ خرچہ پر مہینہ ختم ہوندا ہے تھلے جاندا ہے او تہاڈی جیب وچ آندا ہے اک واری پیسہ خرچ ہوندے نے بالکل ایک 100 مکا میٹر دا پلانٹ سی کتنا خرچہ آیا سی طیب صاحب 6.5 لاکھ روپے 6.5 لاکھ روپے او دو خرچہ آیا جی بالکل 2014 اج کوئی لو اوی تقریبا ویرنگ ورنگ کر کے ساڈا تقریبا 7.5 لاکھ روپے آیا سی اے کنے اچو فٹ تے تہاڈا گھر ہے تقریبا 900 فٹ تے 900 فٹ تے گھر ہے 900 میٹر 3000 فٹ 3000 ہاں جی 900 میٹر ہے تے 3000 فٹ تے گھر ہے جی ہاں جی تے کچن چلدا خاص ہو بالکل ہنے ویڈیو دے وچ وکھانا اے تو پن تھوڑا سکوٹر تے بیٹھ جانے کہ اگلے تے کہ مگلے تے تے ایویں لے چلنے نالے پتہ لگے پیدل ٹریا تے کم از کم زیادہ نہیں نا تے کم از کم 12 منٹ تے لگ جانے ٹرتے ٹرتے 10 12 منٹ پیدل جاواں گے سکوٹر جاواں گے 3 منٹ لگنے تے کچن چلدا وی وکھاواں گے کہ وکھا دی گرینڈ دی نہیں تے وکھانا کوئی مسئلہ نہیں دکھا سکدے اوتھے تے چاہ وی پانی بنی وچ پھر تانوں اس چیز دا پتہ ہے کہ میں کون امجد جویا جڑا تہاڈا ایم این اے آ او دا خاص پرسن آ جڑا میک چیک تہاڈے نال چلدا امجد جویا دا بڑا خاص امر بھائی بھائی نعیم ابراہیم بڑا اچھے طریقے نال مینوں جاندے نے تہاڈا چھوٹا تھلے والا ایم پی اے خان امید احمد رتھ مینوں بڑا چنگی طرح جاندا لیکن میں کدے آیا نہیں اور میری کافی فلیکس امجد جویا دے نال تسی ویکھے ہونے فیس امر بھائی تے مینوں فیس تے ویکھن گے داخل گے آجو بیٹھو ہمایوں بھائی ہو گئے تے دوسرے ساجد بھائی ہو گئے ساجد پٹ صاحب یہ سارے محبت والے جی نے تو میں تمہیں تعارف نہیں کروایا اپنا تو باقی گل یہ ہے کہ بڑا اچھا بڑا کارکن ہے شمار آ اللہ کی رحمت نال پی ٹی آئی دے تو ہوں تو میں چپ کر کے آتے فیلڈ ورک بدل لیا تو اسی جناب سکوٹر سے بہیے وکھا دیو چلو جی بریک لانی وکھا دے چلیے ایویں وکھا توں اے سکوٹر سے بہیے وکھا دینا اے ٹرتے وکھا دینا تو اس بعد باقی گلیں سارے میں بھائی تو مگر بہنا چلو جی ابھی چلے ہیں گھر ابھی تمہیں بخاو گے
ਸਾਰੀ ਅੰਡਰਗਰਾਉਂਡ ਵਾਇਰਿੰਗ ਮੋਟਰਸਾਈਕਲ ਨੂੰ 1.5 ਮਿੰਟ ਲੱਗ ਗਿਆ ਇਬਰਾਹਿਮ ਸਾਹਿਬ ਦਾ ਡੇਰਾ ਔਰ ਇੱਕ ਘਰ ਇਹ ਸਾਰੀ ਅੰਡਰਗਰਾਉਂਡ ਗਲੀ ਦੇ ਦਰਮਿਆਨ ਦੇ ਵਿੱਚ ਇਹ ਜਨਾਬ ਅਸੀਂ ਵਾਇਰਿੰਗ ਕਰਵਾ ਕੇ ਇੱਥੇ ਤੱਕ ਪਹੁੰਚੇ ਹਾਂ ਸਫ਼ਰ ਤੁਸੀਂ ਨਜ਼ਰ ਮਾਰ ਲਓ ਕੈਮਰਾਮੈਨ ਅਗਰ ਵਿਖਾ ਸਕੇ ਤਾਂ ਕਾਫੀ ਸਫ਼ਰ ਹੈ ਪਿੱਛੇ ਤੱਕ ਉਹ ਆਖਰ ਤੱਕ ਅਤੇ ਇੱਥੇ ਤੱਕ ਵਾਇਰਿੰਗ ਪਹੁੰਚੀ ਹੋਈ ਹੈ ਔਰ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਦੇ ਨਾਲ ਸਾਰਾ ਕੁਝ ਦਿਖਾ ਰਿਹਾ ਇਹ ਪੁਆਇੰਟ ਹੈ ਜੀ ਵਾਇਰਿੰਗ ਦਾ ਇਹ ਜੀ ਇਹ ਹੋਲ ਆ ਮੇਨ ਇੱਥੋਂ ਇੱਥੋਂ ਹੋਲ ਤੋਂ ਟੱਚ ਕਰਕੇ ਇਹ ਵਾਇਰਿੰਗ ਨਾਲ ਲੈ ਕੇ ਆਏ ਇਹ ਆਉਂਦੀ ਪਈ ਆ ਚਲੋ ਜੀ ਕੈਮਰਾਮੈਨ ਸਾਹਿਬ ਅੱਗੇ ਆਓ ਬੱਤੀ ਦੇ ਵੀ ਚੱਲੇ ਚੱਲੇ ਲੇਕਿਨ ਨਾਲ ਬਾਇਓਗੈਸ ਦੇ ਵੀ ਚੱਲਦਾ ਜੀ ਸਾਰਾ ਕੁਛ ਸਾਫ਼ ਅਤੇ ਸ਼ਫਾਫ ਪਾਕਿਸਤਾਨ ਲੈਵਲ 'ਤੇ ਅੱਲਾ ਦੇ ਖਾਸ ਕਰਨ ਨਾਲ ਪੰਜਾਬ ਬਾਇਓਗੈਸ ਦਾ ਇੱਕ ਨਾਮ ਹੈ ਔਰ ਪੰਜਾਬ ਬਾਇਓਗੈਸ ਤੁਹਾਡੇ ਵਾਸਤੇ ਹਮੇਸ਼ਾ ਅੱਛੀ ਔਰ ਬਿਹਤਰੀ ਵੀਡੀਓ ਲੈ ਕੇ ਆਉਂਦਾ ਇਹ ਪੁਆਇੰਟ ਦੂਸਰਾ ਇਹ ਜਿਹੜਾ ਘਰ ਨੂੰ ਜਾ ਰਿਹਾ ਇੱਥੋਂ ਅੱਗੇ ਘਰ ਟ੍ਰਾਂਸਫਰ 'ਚ ਹੁੰਦਾ ਸਾਰਾ ਇਹਦੇ ਬਾਇਓਗੈਸ ਦੂਸਰਾ ਗੀਜ਼ਰ ਵੀ ਮੇ ਵੀ ਤੁਹਾਨੂੰ ਦਿਖਾਵਾਂਗੇ ਇੱਕ ਨਿੱਕਾ ਮੋਟਾ ਬੰਦਾ ਮੇਰੇ ਵਰਗਾ ਨਹੀਂ ਹੈ ਇੱਕ ਮੁਕਾਮੀ ਐਮ ਪੀ ਹੈ ਤੁਹਾਨੂੰ ਅਸੀਂ ਦੱਸ ਰਹੇ ਹਾਂ ਇੱਕ ਇਹ ਪੁਆਇੰਟ ਹੈ ਜੀ ਇਹ ਵੀ ਕਿਤੇ ਅੰਦਰ ਜਾ ਰਿਹਾ ਮੇਰੇ ਕਿਚਨ ਵਗੈਰਾ ਨੂੰ ਟੱਚ ਕੀਤਾ ਹੋਇਆ ਇਹਨਾਂ ਨੇ ਔਰ ਦੂਸਰੇ ਘਰ 'ਚ ਵੀ ਜਾ ਰਹੀ ਹੈ ਸਿੱਧੀ ਇਹ ਘਰ ਇੱਕ ਹੈ ਔਰ ਇੱਥੋਂ ਗੈਲਰੀ ਵਿੱਚ ਅਗਲੇ ਘਰ ਵੀ ਜਾ ਰਹੀ ਹੈ ਅਤੇ ਇਹ ਜਨਾਬ ਬਾਇਓਗੈਸ ਤੁਹਾਨੂੰ ਅਸੀਂ ਕਿਚਨ ਵੀ ਵਿਖਾਵਾਂਗੇ ਜਿੱਥੇ ਬਾਇਓਗੈਸ ਚੱਲ ਰਹੀ ਹੈ ਔਰ ਬਿਹਤਰੀਨ ਛੋਟੇ ਮੋਟੇ ਬੰਦੇ ਦਾ ਘਰ ਨਹੀਂ ਇਹਦੇ ਨਾਲ ਮੁਕਾਮੀ ਐਮ ਪੀ ਦੇ ਘਰ ਤੁਹਾਨੂੰ ਲੈ ਕੇ ਆਇਆ ਹਾਂ ਔਰ ਇਹ ਚੁੱਲ੍ਹੇ ਵੇਖ ਲਓ ਲਾਈਟ ਬੰਦ ਕਰੋ ਇੰਨੀ ਗੈਸ ਪੈਦਾ ਕਰ ਰਿਹਾ ਹੈ ਕਿ ਬੰਦਿਆਂ ਦੀ ਸੋਚ ਹੈ ਕਿ ਯਾਰ ਪੰਜਾਬ ਬਾਇਓਗੈਸ ਦੇ ਚੁੱਲ੍ਹੇ ਅਗਰ ਨਦੀਮ ਖਰੜ ਪਾਕਿਸਤਾਨ 'ਚ ਪੰਜਾਬ ਬਾਇਓਗੈਸ ਨੂੰ ਪ੍ਰਮੋਟ ਕਰ ਰਿਹਾ ਤਾਂ ਐਪਰੀਸ਼ੀਏਟ ਤਾਂ ਬੰਦਾ ਆ ਅਗਰ ਕੋਈ ਬੰਦਾ ਅੱਛਾ ਕੰਮ ਕਰ ਰਿਹਾ ਤਾਂ ਐਪਰੀਸ਼ੀਏਟ ਬੰਦਾ ਇਹ ਹੁਣ ਦੱਸੋ ਹਾਂਜੀ ਪੂਰੀ ਚਸਕੇ ਲੈ ਰਹੇ ਜੀ ਮੈਂ ਕਿਆ ਬਾਤਾਂ ਇਹਦੀਆਂ ਕਿਆ ਬਾਤਾਂ 110% ਰਾਜ਼ੀ ਹੋ 110 ਤੋਂ ਜ਼ਿਆਦਾ ਹੀ ਅਤੇ ਅੱਜ ਇੱਕ ਜੈਨੂਇਨ ਗੱਲ ਪਿਆਰ ਵਾਲੀ ਤੁਹਾਡੇ ਤੋਂ ਪੁੱਛਣੀ ਆ ਹਾਂਜੀ ਕਿ ਘਰੋਂ ਕਿੰਨੀਆਂ ਕੁ ਦੁਆਵਾਂ ਲੱਗਦੀਆਂ ਜੀ ਖਰਾਬੀ ਪੈਦਾ ਹੋਈ ਹੋਵੇ ਕੋਈ ਕਦੀ ਖਰਾਬੀ ਨਹੀਂ ਇਸ ਬਾਇਓਗੈਸ ਪਲਾਂਟ ਦੇ ਕੋਈ ਨਹੀਂ ਖਰਾਬੀ ਹੋਈ ਤੇ ਇੱਕ ਤਈਏ ਸਾਨੂੰ ਫੋਨ ਕਰਕੇ ਆ ਜਾਂਦੇ ਨੇ ਇਹ ਤਾਂ ਮੈਂ ਤਾਂ ਮਾਰ ਗਿਆ ਪਰ ਅੱਜ ਕਿਹੜੀ ਕੀਤਾ ਹੀ ਨਹੀਂ ਕੋਈ ਲੋੜ ਹੀ ਨਹੀਂ ਪਈ ਲੋੜ ਪਊਗੀ ਤਾਂ ਕਰਨਾ ਲੋੜ ਪਊ ਕਿ ਚਾਹ ਤੱਕ ਆਪਣਾ ਪਲਾਣਾ ਪੈ ਜਾਂਦਾ ਤਾਂ ਨਹੀਂ ਕਹਿ ਸਕਦੇ ਤੁਸੀਂ ਹੈ ਇੱਕ ਦੋ ਵਾਰ ਚਾਹ ਦੇ ਨਾਸਰ ਆਮੀ ਲੈ ਕੇ ਉਹਨਾਂ ਨੇ ਵੀ ਨੰਬਰ ਲਿਆ ਸੀ ਅੱਛਾ ਜੀ ਉਹਨਾਂ ਨੇ ਵੀ ਬਣਵਾਉਣਾ ਸੀ ਬਾਈ ਤਈਏ ਬਣਾ ਕੋ ਇਹ ਸਾਰਾ ਕੁਛ ਹਾਂਜੀ ਅੱਛਾ ਬਸ ਇਹ ਜਨਾਬ ਸਾਰਾ ਕੁਛ ਪਾਈ ਦੀ ਤੁਸੀਂ ਜ਼ੁਬਾਨੀ ਸੁਣਿਆ ਔਰ ਤੁਹਾਨੂੰ ਜੈਨੂਇਨ ਚੀਜ਼ਾਂ ਦਿਖਾਈਆਂ ਪੰਜਾਬ ਬਾਇਓਗੈਸ ਹਮੇਸ਼ਾ ਔਰ ਮੈਂ ਸਾਰੇ ਦੋਸਤਾਂ ਨੂੰ ਹਮੇਸ਼ਾ ਬਿਹਤਰੀਨ ਚੀਜ਼ ਹੈ ਇਹ ਹਰ ਬੰਦੇ ਦੀ ਜ਼ਰੂਰਤ ਹੈ ਘਰ ਦੀ ਜ਼ਰੂਰਤ ਹੈ ਲਵਾਉਣਾ ਚਾਹੀਦਾ ਹੈ ਤਈਬ ਸਾਹਿਬ ਨਾਲ 7597-0350-0300 ਨੰਬਰ 0300-7597-0350 ਤਈਬ ਸਾਹਿਬ ਦਾ ਨੰਬਰ ਹੈ ਮੇਰਾ ਨੰਬਰ 0300-0597-5551 ਤੁਹਾਡਾ ਵੀਰ 24 ਘੰਟੇ ਖਿਦਮਤ 'ਚ ਹਾਜ਼ਰ ਹੈ ਤਈਬ ਭਾਈ ਦਾ ਨੰਬਰ ਮੇਰੇ ਕੋਲ ਲੈ ਸਕਦੇ ਜੇ ਉਹਨਾਂ ਨਾਲ ਮਸ਼ਵਰਾ ਕਰ ਸਕਦੇ ਮੇਰਾ ਨਾਲ ਕਰ ਸਕਦੇ ਕਿਸੇ ਬੰਦੇ ਨੂੰ ਮਸਲਾ ਹੋਵੇ ਕੋਈ ਫਰੋਡ ਦਾ ਤਾਂ ਮੇਰੇ ਨਾਲ ਵੀ ਕਰਦਾ ਤੁਸੀਂ ਮੈਨੂੰ ਜਾਣ ਦਿਓ ਅਤੇ ਉਮੀਦ ਹੈ ਅੱਜ ਵਾਲੀ ਵੀਡੀਓ ਬੇਹੱਦ ਲਾਜਵਾਬ ਆ ਸਾਰੇ ਦੋਸਤਾਂ ਨਾਲ ਸ਼ੇਅਰ ਕਰਨੀ ਹੈ ਆਪਣਾ ਦੇਸ਼ ਪੰਜਾਬ ਟੀਵੀ 'ਤੇ ਵੀ ਸ਼ੇਅਰ ਕਰਨੀ ਆ ਮੇਰੀਆਂ ਵੀਡੀਓ ਅੱਗੇ ਵੀ ਕਰਨੀਆਂ ਤਈਬ ਸਾਹਿਬ ਵੀ ਖੜੇ ਨੇ ਇਹਨਾਂ ਨੇ ਵੀ ਕੈਮਰਾਮੈਨ ਸਾਹਿਬ ਖਾ ਦਿਓ ਇਹਨਾਂ ਆਪਣਾ ਕੀ ਗੁਨਾਹ ਕੀਤਾ ਇਹ ਜਨਾਬ ਅਤੇ ਇਹ ਜਨਾਬ ਬੋਬੜੇ ਮੁਹੱਬਤ ਵਾਲੇ ਜੀ ਨੇ ਇਹਨਾਂ ਨਾਲ ਮਿਹਰਬਾਨੀਆਂ ਕਰਨੀਆਂ ਚਾਹੀਦੀਆਂ ਨੇ ਅਤੇ ਤੁਸੀਂ ਵੀ ਕਰੋ ਅਤੇ ਆਪਸ 'ਚ ਵੀਡੀਓ ਨੂੰ ਸ਼ੇਅਰ ਕਰੋ ਆਪਣਾ ਬਹੁਤ ਸਾਰਾ ਖਿਆਲ ਰੱਖਿਆ ਜੇ ਮੈਂ ਇੱਕ ਬਿਹਤਰੀਨ ਔਰ ਅੱਛੀ ਵੀਡੀਓ ਨਾਲ ਮਿਲਾਂਗਾ ਅੱਲਾ ਨੇ ਕੇ ਬਾਅਦ